già sarebbero già ਸਾਡੇ ਵਾਰੋਂ ਗਾ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਮਰੇ ਬੈਠਿਆ ਸੀ, ਸਾਡੀ ਮਜਬੂਰੀ ਬਣ ਗਈ। ਅਸੀਂ ਜਨਤਾ ਨੂੰ ਤੰਗ ਨਹੀਂ ਸੀ ਕਰਨਾ ਚਾਹੁੰਦੇ, ਰੋਡ ਬੰਦ ਕਰਨਾ ਨਹੀਂ ਸੀ ਚਾਹੁੰਦੇ। ਇਹ ਮੁੱਖ ਮੰਤਰੀ ਨੇ ਸਾਡੇ ਕੋਲ ਪੰਜਾਬ ਸਰਕਾਰ ਨੇ ਅੱਜ ਜਾਣ ਬੁੱਝ ਕੇ ਕਰਵਾਇਆ ਵਾ। ਅਸੀਂ ਨਹੀਂ ਸੀ ਚਾਹੁੰਦਾ ਕਿ ਜਨਤਾ ਨੂੰ ਤੰਗੀ ਆਵੇ, ਸਾਨੂੰ ਪਤਾ ਸ਼ਾਂਤਮਈ ਸੀਗਾ, ਸਰਕਾਰ ਦੇ ਖਿਲਾਫ ਸੀਗਾ। ਚਲੋ ਚਾਰ ਚੁਫੇਰੇ ਜਿਵੇਂ ਅੱਗੇ ਬੈਠੇ ਹੋ ਪਿੱਛੇ ਸਾਈਡਾਂ ਤੇ, ਇਸ ਗੱਡੀ ਨੇ ਸਾਰੀ ਪਬਲਿਕ ਇੱਥੇ ਬਹਿ ਕੇ ਰੋਸ ਜਤਾਉਣਾ ਆਪਾਂ ਤੇ ਧੱਕਾ ਜਿਹੜਾ ਅਸੀਂ ਜੋ ਵੀ ਸੀਗਾ, ਅਸੀਂ ਧੱਕਿਆਂ ਦੀ ਗੱਲ ਨਹੀਂ ਕੀਤੀ। ਸਾਡਾ ਜਿਹੜਾ ਧਰਨਾ ਸੀਗਾ ਸ਼ਾਂਤਮਈ ਸੀਗਾ, ਤੇ ਸਾਡੇ ਨਾਲ ਪੁਲਿਸ ਵਾਲੇ ਧੱਕਾ ਕਰ ਮੇਰੇ ਵੀਰ ਜਿਹੜੇ ਉਹਦੇ ਵਿੱਚ ਦਾਲਜੀਤ ਪੁੱਲਰ ਮੰਤਰੀ ਸੀਗਾ, ਉਹਦੇ ਵਿੱਚ ਕਟਾਲੂ ਤੱਕ ਮਜਪਾਕਲ ਦੇ ਹੱਥ ਰੱਖਦੇ ਆ ਸੈਂਟਰ ਨੂੰ ਦੇਵੇ। ਆਹ ਦੇਖੋ ਮੇਰੀਆਂ ਭੈਣਾਂ ਕਿੰਨਾ ਹੀ ਮੁਸ਼ਕਿਲ ਹੈ ਇਹਨਾਂ ਦੀ। Thank you.
ਮੇਰੀ ਬੇਨਤੀ ਆ, ਮੇਰੀ ਬੇਨਤੀ ਆ ਪੁਲਿਸ ਪ੍ਰਸ਼ਾਸਨ ਨੂੰ ਤੇ ਤੁਸੀਂ ਵੀ ਸਾਈਡ ਤੇ ਹਟ ਜਾਓ ਤੇ ਸਾਡੇ ਬੰਦੇ ਵੀ ਇੱਥੇ ਆ ਕੇ ਬੈਠ ਜਾਂਦੇ ਗੱਡੀਆਂ ਤੇ। ਤਸਵੀਰਾਂ ਨਹੀਂ ਦੇਖ ਸਕਦੇ ਹੋ, ਪਿੱਛੇ ਧੁੱਕੀ ਹੋ ਰਹੀ ਆ। ਲਾਡੂ ਵਾਲ ਦੀਆਂ ਤਸਵੀਰਾਂ ਐਸ ਪੀ ਔਰ ਪੁਲਿਸ ਵੱਲੋਂ ਹੈਪੀ ਸੰਧੂ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ। ਐਸ ਪੀ ਵੱਲੋਂ ਪੁਲਿਸ ਪਾਰਟੀ ਵੱਲੋਂ ਹੈਪੀ ਸੰਧੂ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਗਿਆ। ਗੱਡੀ ਦੇ ਵਿੱਚ ਬਿਠਾ ਕੇ ਟਰੱਕ ਯੂਨੀਅਨ ਆਪਰੇਟਰਾਂ ਨੇ ਉੱਥੇ ਹੀ ਜਾਮ ਲਾ ਦਿੱਤਾ। ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿੰਨੇ ਆ, ਤੁਸੀਂ ਦੇਖ ਸਕਦੇ ਤਸਵੀਰਾਂ ਰਾਹੀਂ ਟਰੱਕ ਆਪਰੇਟਰ ਕਿੰਨੇ ਆਪਣੇ ਪ੍ਰਧਾਨ ਨੂੰ ਗ੍ਰਿਫਤਾਰ ਹੋ ਗਿਆ ਉਸਦੇ ਸੰਬੰਧ ਵਿੱਚ ਰੋਸ ਜ਼ਾਹਰ ਕਰਦੇ ਹੋਏ ਹਾਈਵੇ ਬਿਲਕੁਲ ਜਾਮ ਕਰ ਦਿੱਤਾ ਦੁਬਾਰਾ। ਫਿਰ ਤਸਵੀਰਾਂ ਰਾਹੀਂ ਦੇਖ ਸਕਦੇ ਫਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। ਤਸਵੀਰਾਂ ਰਾਹੀਂ ਦੇਖ ਸਕਦੇ ਹੋ ਪਿੱਛੇ ਧੁੱਕੀ ਹੋ ਰਹੀ ਆ। ਬਿਲਕੁਲ ਹੈਗਾ ਜੀ, ਹੈਗਾ ਆਪਣੇ ਸਾਡੀਆਂ ਮੰਗਾਂ ਨੂੰ ਲੈ ਕੇ ਪਿਛਲੇ ਲਗਭਗ 3 ਮਹੀਨੇ ਤੋਂ ਅਸੀਂ ਲੜ ਰਹੇ ਹਾਂ, ਪਰ ਸਰਕਾਰ ਦੇ ਕੰਨ ਤੇ ਜੋ ਵੀ ਸਰਕ ਦੀ ਕਿੰਨੀਆਂ ਮੀਟਿੰਗਾਂ ਹੋ ਗਈਆਂ ਸਰ, ਮੀਟਿੰਗਾਂ ਹੁੰਦੀਆਂ ਕੋਲ ਹੱਲ ਨਹੀਂ ਨਿਕਲਦਾ। ਪਿਛਲੇ ਸਮੇਂ ਦੇ ਵਿੱਚ ਅਸੀਂ ਮੀਟਿੰਗਾਂ ਕੀਤੀਆਂ, ਸਾਰਾ ਕੁਝ ਕੀਤਾ, ਪਰ ਸਾਡੀ ਮੰਗ ਕੀ ਹੈ, ਲੇਬਰ ਦਾ ਕੰਮ ਲੇਬਰ ਨੂੰ ਦਿਓ, ਟਰੱਕਾਂ ਦਾ ਕੰਮ ਟਰੱਕਾਂ ਨੂੰ ਦਿਓ। ਅਸੀਂ ਮੰਗਦੇ ਸਰਕਾਰ ਤੋਂ ਮੰਗਦੇ ਕੀ ਹੈ, ਉਹ ਬੋਲੋ ਸੁਪਰੀਮ ਕੋਰਟ ਦੀ ਰੂਲਿੰਗਾਂ ਲਾਗੂ ਕਰਾਓ, ਟਰੈਕਟਰ ਟਰਾਂ ਦੇ ਮਾਨਯੋਗ ਹਾਈਕੋਰਟ ਦੀ ਰੂਲਿੰਗ ਉਹ ਲਾਗੂ ਕਰਾਓ, ਪਰ ਸਰਕਾਰ ਦੇ ਕੰਨਾਂ ਦੀ ਜੂ ਨਹੀਂ ਸਕਦੀ ਉਹਨੂੰ ਲੈ ਕੇ। ਹੁਣ ਕਰੀਏ ਤਾਂ ਕਰੀਏ ਕੀ, ਲੇਬਰ ਜਥੇ ਬੰਦੀਆਂ ਆ ਰਹੀਆਂ, ਟਰੱਕਾਂ ਵਾਲੇ ਆ ਰਹੇ, ਇਕੱਠੇ ਹੋ ਗਏ, ਅਸੀਂ ਜਿਹੜਾ ਅੱਜ ਟੋਲ ਫਰੀ ਕਰਾਂਗੇ ਔਰ ਆਪਣਾ ਧਰਨਾ ਲਾਵਾਂਗੇ। ਲਗਭਗ 1 ਵਜੇ ਤੱਕ ਸਾਰੇ ਮੇਰਾ ਖਿਆਲ ਆ ਜਾਣਗੇ, 1 ਵਜੇ ਸ਼ੁਰੂ ਕਰ ਦਾਂਗੇ। ਮੰਗਾਂ ਤਾਂ 8-9, ਪਰ ਮੇਨ ਮੰਗ ਤਾਂ ਪਹਿਲੇ ਲੇਬਰ ਪਾਲਿਸੀ ਨੂੰ ਲੈ ਕੇ ਮੰਗਾਂ ਦਾ ਓਵਰਲੋਡਿੰਗ, ਸੁਪਰੀਮ ਕੋਰਟ ਦੀ ਆ, ਹਾਈਕੋਰਟ ਦੇ ਟਰੈਕਟਰ ਟਰਾਲੀਆਂ ਦੀ ਆ, ਮੇਨ ਲੇਬਰ ਦੀ ਜਿਹੜੀ ਟਰੱਕਾਂ ਦੀ ਕੁੱਕ ਮੰਗ ਹੈ, ਜਿਹੜੀ ਲੇਬਰ ਦੀ ਪਾਲਿਸੀ ਹੈ ਜੀ ਉਹ ਸਹੀ। ਹਾਂਜੀ, ਬਿਲਕੁਲ ਟੋਲ ਫਰੀ ਕਰ ਦਾਂਗੇ, ਸਾਰਾ ਟੋਲ ਫਰੀ ਕਰ ਦਾਂਗੇ। ਇਹ ਸਾਰਾ ਕੁਝ ਕੋਰ ਕਮੇਟੀ ਦੀ ਮੀਟਿੰਗ ਹੋਊਗੀ ਹੁਣ, ਜਦ ਚਾਲੂ ਹੋ ਗਿਆ ਉਹ ਤੋਂ ਬਾਅਦ ਇੱਕ ਮੀਟਿੰਗ ਕਰਕੇ ਡਿਸੀਜਨ ਲਵਾਂਗੇ ਕਿ ਕਿੰਨਾ ਕਰਨਾ, ਇੱਕ ਸਾਈਡ ਕਰਨੀ, ਦੋਨੋਂ ਕਰਨੀਆਂ, ਕਿੰਨੀ ਦੇਰ ਲਈ ਕਰਨਾ, ਇਹ ਸਾਰਾ ਕੁਝ ਡਿਸਾਈਡ ਹੋ ਜਾਊਗਾ। ਧੰਨਵਾਦ।